ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਵੱਲੋਂ 1984 ਚ ਹੋਏ ਦੰਗਿਆਂ ਤੋਂ ਪੀੜਿਤ ਲੋਕਾਂ ਦੀ ਕੁਝ ਮੰਗਾਂ ਹਨ ਅਤੇ ਉਹਨਾਂ ਦੇ ਵੱਲੋਂ ਸਰਦਾਰ ਬਲਦੇਵ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਮੰਗ ਪੱਤਰ ਦੇ ਕੇ ਇਹ ਮੰਗ ਕੀਤੀ ਹੈ ਕਿ ਮੰਗ ਪੱਤਰ ਚ ਦਿੱਤੀਆਂ ਗਈਆਂ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਏ। ਅੱਜ ਅਸੀਂ ਸਿੰਘ ਸਾਹਿਬਾਨ ਨੂੰ ਸਿੱਖੀ ਮਸਲਿਆਂ ਦੇ ਬਾਰੇ ਮਿਲੇ ਹਾਂ। ਸਭ ਤੋਂ ਪਹਿਲਾਂ ਸਾਨੂੰ ਬੜੀ ਦੁੱਖ ਦੀ ਗੱਲ ਹੈ ਕਿ ਧਰਮੀ ਫੌਜੀ ਦੀ ਕੁਰਬਾਨੀ ਨੂੰ ਅੱਜ ਤੱਕ ਬਹੁਤ ਜ਼ਿਆਦਾ ਅਣਗੋਲਿਆ ਕੀਤਾ ਗਿਆ। ਅਸੀਂ 17 ਨਵੰਬਰ 2014 ਨੂੰ ਇੱਕ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਈ ਸੀ, ਉਹਦੇ ਵਿੱਚ ਸਾਡੀ ਜਿਹੜੀ ਧਰਮੀ ਫੌਜੀ ਕੁਰਬਾਨੀ ਨੂੰ ਮਾਨਤਾ ਦਿੱਤੀ ਗਈ ਹੈ। ਉਹਦੇ ਤੋਂ ਬਾਅਦ ਸਿੱਖ ਧਰਮੀ ਫੌਜੀ ਸ਼ਹੀਦਾਂ ਦੀਆਂ ਫੋਟੋਆਂ ਜਿਹੜੀਆਂ ਸਿੱਖ ਅਜਾਇਬਘਰ 'ਚ ਲਾਉਣ ਲਈ ਔਰ ਯਾਦਗਾਰ ਬਣਾਉਣ ਲਈ ਉਹ ਜਿਹੜਾ ਵਾ ਮਾਰ ਕੀਤਾ ਅੰਤਰਮ ਕਮੇਟੀ ਨੂੰ, ਪਰ ਅੱਜ ਤੱਕ ਕੋਈ ਵੀ ਸੁਣਵਾਈ ਨਾ ਹੋਣ ਦੇ ਬਾਅਦ ਅੱਜ ਅਸੀਂ ਜਥੇਦਾਰ ਦੇ ਕੋਲ ਦੁਬਾਰਾ ਆਪਣੇ ਦੁੱਖਦਾਰ ਦਾ ਦੱਸਿਆ। ਉਸ ਤੋਂ ਬਾਅਦ ਬੇਨਤੀ ਹੈ ਕਿ ਇੱਕ ਨਵਾਂ ਸਿੱਖ ਅਰੇਂਜਮੈਂਟ ਸਾਡੀ ਟੁੱਟੀ ਆ, ਉਹਦੇ ਬਾਰੇ ਸਿੱਖ ਕੌਮ ਨੇ ਖੜੀ ਕਰਨੀ ਸੀ, ਪਰ ਅੱਜ ਤੱਕ ਕਿਸੇ ਨੇ ਕੋਈ ਉਪਰਾਲਾ ਨਹੀਂ ਕੀਤਾ, ਉਹਦੇ ਬਾਰੇ ਸਿੰਘ ਸਾਹਿਬਾਨ ਨਾਲ ਬੇਨਤੀ ਕੀਤੀ ਆ। ਸਰਦਾਰ ਬਲਦੇਵ ਸਿੰਘ ਜੀ ਆਪਣੇ ਕਾਫੀ ਸਾਥੀਆਂ ਸਮੇਤ ਸ੍ਰੀ ਅਕਾਲ ਤਖਤ ਸਾਹਿਬ 'ਚ ਹਾਜ਼ਰ ਹੋਏ। ਸਮੂਹ ਸਿੱਖ ਧਰਮੀ ਫੌਜੀ ਜੂਨ 1984 ਜਿਹੜੇ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਹੈ, ਉਹਨਾਂ ਦੀਆਂ ਕੁਝ ਮੰਗਾਂ ਨੇ, ਉਹ ਆਪਣੀਆਂ ਮੰਗਾਂ ਦੇ ਸੰਬੰਧ ਵਿੱਚ ਮੰਗ ਪੱਤਰ ਦੇ ਕੇ ਗਏ ਨੇ। ਪੰਜ ਸਿੰਘ ਸਾਹਿਬਾਨਾਂ ਦੀ ਆਉਣ ਵਾਲੀ ਮੀਟਿੰਗ ਦੇ ਵਿੱਚ ਇਹਨਾਂ ਸਾਰੀਆਂ ਮੰਗਾਂ ਦੇ ਉੱਤੇ ਵਿਚਾਰ ਕੀਤਾ ਜਾਵੇਗਾ। ਜੋ ਵੀ ਅਸੀਂ ਇਸ ਦੇ ਉੱਤੇ ਕਰ ਸਕਦੇ ਹਾਂ ਉਹ ਜ਼ਰੂਰ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਾਂਗੇ। ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।